ਬਿਸਮਿਲ੍ਲਾ ਰਹਿਮਾਨ ਰਹੀਮ। ਹਾਂ, ਮੇਰਾ ਨਾਮ ਜ਼ਿਆ ਹਕ ਸਰਹਦੀ ਹੈ ਜੀ, ਅਤੇ ਮੈਂ ਗੰਦਾਰਾ ਹਿੰਦਕੋ ਬੋਰਡ ਦਾ ਮੈਂ ਐਗਜੈਕਟਿਵ ਦਾ ਮੈਂਬਰ ਵੀ ਹਾਂ। ਇਹਦੇ ਨਾਲ ਨਾਲ ਮੈਂ ਪਾਕਿਸਤਾਨ ਅਫਗਾਨਿਸਤਾਨ ਜੁਆਇੰਟ ਚੈਂਬਰ ਆਫ ਕਾਮਰਸ ਅਤੇ ਸਰਹੱਦ ਚੈਂਬਰ ਆਫ ਕਾਮਰਸ ਦਾ ਸਾਬਕਾ ਸੀਨੀਅਰ ਵਾਈਸ ਪ੍ਰੈਜੀਡੈਂਟ ਵੀ ਰਹਿ ਚੁੱਕਾ ਹਾਂ। ਇਸ ਵਕਤ ਮੈਂ ਫਰੰਟੀਅਰ ਕਸਟਮ ਏਜੰਟ ਗਰੁੱਪ, ਜਿਹੜਾ ਕਿ ਖੈਬਰ ਪਖਤੂਨਖਵਾ ਦਾ ਸਭ ਤੋਂ ਬੜਾ ਕਲੀਅਰਿੰਗ ਏਜੰਟ ਫਾਰਵਰਡਿੰਗ ਏਜੰਟਾਂ ਦਾ ਜਿਹੜਾ ਤਨਜ਼ੀਮ ਹੈ, ਉਹਦਾ ਮੈਂ ਪ੍ਰੈਜੀਡੈਂਟ ਹਾਂ। ਮੇਰਾ ਅੱਜ ਦਾ ਮੌਜੂ ਜਿਹੜਾ ਹੈ, ਇਹ ਕਿਉਂਕਿ ਮੇਰਾ ਸ਼ੋਭਾ ਵੀ ਤਜਾਰਤ ਹੈ ਅਤੇ ਤਜਾਰਤ ਦੇ ਹਵਾਲੇ ਨਾਲ ਮੈਂ ਗੱਲ ਕਰ ਸਾਂ। ਸਾਡੇ ਸੂਬੇ ਨੂੰ ਅੱਲਾਹ ਤਾਲਾ ਨੇ ਬੜਾ ਹਰ ਕਿਸਮ ਦੀ ਮਾਲਾਮਾਲ ਕੀਤਾ ਹੈ ਅਤੇ ਪਟ ਖਜ਼ਾਨੇ ਇੱਥੇ ਛੁਪੇ ਹੋਏ, ਲੇਕਿਨ ਜ਼ਰੂਰਤ ਇਹ ਸਮਝਦੀ ਹੈ ਕਿ ਅਸੀਂ ਉਸ ਪਟ ਖਜ਼ਾਨਿਆਂ ਨੂੰ, ਸਾਡੇ ਕੋਲ ਵਸਾਇਲ ਨਹੀਂ ਗਏ, ਸਾਡੇ ਕੋਲ ਮਸ਼ੀਨਰੀ ਨਹੀਂ ਗਈ ਕਿ ਅਸੀਂ ਉਸ ਜਿਹੜੇ ਛੁਪੇ ਖਜ਼ਾਨੇ ਉਹਨਾਂ ਨੂੰ ਅਸੀਂ ਬਾਹਰ ਕੱਢੀਏ। ਮੈਂ 80-80 ਸਾਲ ਪਹਿਲੇ, ਸਾਡਾ ਇਦਾਰਾ ਹੈ GGIP, ਜੈਮ ਜਮਾਲੋਜੀਕਲ ਇੰਸਟੀਟਿਊਟ ਆਫ ਪਾਕਿਸਤਾਨ, ਇਹ ਸਾਡੇ ਸੂਬਾਈ ਹਕੂਮਤ ਨੇ ਇੱਕ ਇਦਾਰਾ ਬਣਾਇਆ। ਇਦਾਰੇ ਦੇ ਇੱਥੇ ਪਾਕਿਸਤਾਨ ਦੇ ਘਰ ਬੜੇ ਬਣ ਗਏ, ਲੇਕਿਨ ਬਦਕਿਸਮਤੀ ਨਾਲ ਉਹ ਜਿਹੜੇ ਇਦਾਰੇ ਹਨ ਉਹ ਸਿਰਫ ਨਾਮ ਅਸੇ ਬਣੇ, ਲੇਕਿਨ ਉਸ ਤੋਂ ਬਾਅਦ ਕਿਉਂਕਿ ਉਹਨਾਂ ਦੀ ਸਹੀ ਦੇਖਭਾਲ ਨਹੀਂ ਹੋਈ ਅਤੇ ਉਹ ਇਦਾਰੇ ਬੰਦ ਹੋ ਗਏ। ਲੇਕਿਨ ਇਹ ਜਿਹੜਾ ਇਦਾਰਾ ਹੈ, ਇਹ ਖਾਸ ਕਰ ਇੱਕ ਰੇਡਿਡ ਜਿਸਦੇ ਸਾਡੇ ਸਾਬਕ ਗਵਰਨਰ ਓਵੈਸ ਗਨੀ ਸਾਹਿਬ ਹੋਏ, ਸੂਬਾਈ ਵਜ਼ੀਰ ਆਏ ਅਤੇ ਉਹਨਾਂ ਨੇ ਸਾਡੀ ਕਾਵਸ਼ਾਂ ਦੇ ਨਾਲ ਇੱਕ ਇਦਾਰਾ ਬਣਾਇਆ, ਕਿਉਂਕਿ ਸਾਡੇ ਸੂਬੇ ਦੇ ਘਰ ਜੈਮਸ ਮਾਰਬਲ ਕਾਫੀ ਤਾਦਾਦ ਨਾਲ ਇੱਥੇ ਹਨ ਅਤੇ ਸਾਡੇ ਸੂਬੇ ਦੇ ਘਰ ਹੀ ਜ਼ਮਰੁੱਦ ਦੀਆਂ ਦੋ ਕਾਨਾਂ ਇਸ ਵਕਤ ਸਵਾਦ ਦੇ ਘਰ, ਇਹਦੇ ਇਲਾਵਾ ਲੈਪਿਸ ਲਜ਼ੂਲੀ, ਫੁਖਰਾਜ, ਰੂਬੀ ਅਤੇ ਇਲਾਵਾ ਹੋਰ ਵੀ ਜਿਹੜੇ ਕੀਮਤੀ ਪੱਥਰ ਹਨ ਉਹ ਇੱਥੇ ਪਾਏ ਜਾਂਦੇ। ਕਿਉਂਕਿ GGIP ਮੈਂ ਉਹਦਾ ਤਕਰੀਬਨ 28 ਸਾਲ ਤੱਕ ਚੇਅਰਮੈਨ ਵੀ ਰਿਹਾ ਹਾਂ। ਮੈਂ ਆਪਣੇ ਟਿਨੋਰ ਦੇ ਕਾਰਨ ਮੈਨੇ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਵੀ ਸਟੂਡੈਂਟ ਆਏ, ਖਾਸ ਕਰ ਇਹਦੇ ਘਰ ਜਿਹੜੀਆਂ ਔਰਤਾਂ ਆਈਆਂ, ਤਰੀਮਤਾਂ ਆਈਆਂ, ਉਹਨਾਂ ਅਸੀਂ ਵੀ ਮੈਨੇ ਬਾਕਾਇਦਾ ਇੱਥੇ ਕਲਾਸਾਂ ਦਾ ਇਜਰਾ ਕੀਤਾ ਆ। ਅਤੇ ਮੇਰੇ ਉਸ ਟਿਨੋਰ ਦੇ ਘਰ ਹੀ ਤਕਰੀਬਨ 2000 ਸੇ ਜ਼ਿਆਦਾ ਜਿਹਦੇ ਘਰ ਮਰਦ ਹਜ਼ਰਾਤ ਵੀ ਆਏ ਅਤੇ ਖਵਾਤੀਨ ਵੀ ਆਈਆਂ, ਉਹਨਾਂ ਨੂੰ ਸਾਨੂੰ ਟ੍ਰੇਨਿੰਗ ਦਿੱਤੀ ਹੈ, ਖਾਸ ਕਰ ਜੈਮ ਦੀ ਕਟਿੰਗ ਪਾਲਿਸ਼ਿੰਗ ਦੇ। ਅਤੇ ਵੱਧ ਇਸ ਵਕਤ ਅੱਲਾਹ ਦਾ ਅਹਿਸਾਨ ਹੈ ਕਿ ਜਿਹੜੇ ਖਵਾਤੀਨ ਜਾਂ ਜਿਹੜੇ ਮਰਦ ਹਜ਼ਰਾਤ ਹੈ ਉਹ ਆਪਣੇ ਅੰਦਰੂਨੀ ਮੁਲਕ ਅਤੇ ਬੈਰੂਨੀ ਮੁਲਕ ਆਪਣੇ ਸੇ ਰਿਜ਼ਕੀ ਹਲਾਲ ਕਮਾਉਂਦੇ ਪਏ। ਅਤੇ ਛੋਟੇ ਛੋਟੇ ਉਹਦੇ ਸੇ ਸਾਨੂੰ ਕੋਸ਼ਿਸ਼ ਕੀਤੀ ਖੈਬਰ ਬੈਂਕ ਨੂੰ ਕਹਿ ਕੇ, ਅਤੇ ਉਹ ਵੀ ਮੈਂ ਮਸ਼ਹੂਰ ਹਾਂ ਆਪਣਾ ਗਵਰਨਰ ਸਾਹਿਬ ਦਾ, ਕਿ ਉਹਨਾਂ ਨੇ ਆਪਣੇ ਉਸ ਦੌਰ ਦੇ ਘਰ ਇਹਨਾਂ ਖਵਾਤੀਨ ਸੇ ਖਾਸ ਕਰ 2-2, 2.5-3 ਲੱਖ ਰੁਪਏ ਦੀ ਜਿਹੜੀ ਮਸ਼ੀਨਾਂ ਆਈਆਂ ਉਹ ਵੀ ਸਾਨੂੰ ਕਰਜ਼ੇ ਦੇ ਤੌਰ 'ਤੇ ਉਹਨਾਂ ਅਸੀਂ ਦਿੱਤੀਆਂ, ਅਤੇ ਉਹ ਖਵਾਤੀਨ ਆਪਣੇ ਘਰ ਬੈਠ ਕੇ ਜੈਮ ਜਿਹੜੇ ਹੈ ਉਹਨਾਂ ਦੀ ਕਟਿੰਗ ਅਤੇ ਉਹਨਾਂ ਦੀ ਪਾਲਿਸ਼ਿੰਗ ਵਗੈਰਾ ਦਾ ਉਹ ਖੁਦ ਉਹ ਕਰਦੀ ਪਈਆਂ, ਅਤੇ ਇਸ ਵਕਤ ਆਪਣੇ ਸੇ ਇੱਕ ਜ਼ਰੀਆ ਮੁਆਸ਼ ਉਹਨਾਂ ਦਾ ਹੈ। ਅਤੇ ਮੈਂ ਮੇਰੀ ਹਕੂਮਤ ਸੀ ਬਾਰ ਬਾਰ ਇਹ ਦਰਖਾਸਤ ਹੈ ਕਿ ਇਸ ਇਦਾਰੇ ਨੂੰ ਇਸ ਨੂੰ ਫਾਲ ਕੀਤਾ ਜਾਵੇ। ਦੇਖੋ, ਸਾਡਾ ਉਹੀ ਪੁਰਾਣਾ ਜਿਹੜਾ ਤਰੀਕੇਕਾਰ ਹੈ, ਖਾਸ ਕਰ ਜਿਹੜੇ ਸਾਡੇ ਪੱਥਰ ਜਿਹੜੀਆਂ ਕਾਨਾਂ ਉਹਦੇ ਘਰ ਅਸੀਂ ਉਹ ਦਮਾਕਾ ਕਰਨੇ ਹਾਂ, ਅਤੇ ਉਹ ਜਿਹੜਾ ਪੱਥਰ ਹੈ ਉਹ ਜਿੰਨਾ ਪੱਥਰ ਨਿਕਲ ਆਵੇ ਉਸ ਦਮਾਕੇ ਦੇ ਨਾਲ ਉਹ ਨਿਕਲ ਆਉਂਦਾ, ਅਤੇ ਉਹ ਉਹਦੇ ਘਰ ਇਹ ਵੀ ਕਿ ਤਕਰੀਬਨ 70-80% ਜਿਹੜਾ ਸਾਡਾ ਜੈਮਸ ਹੈ ਉਹ ਜ਼ਾਇਆ ਹੋ ਜਾਂਦਾ। ਜਦਕਿ ਮੈਨੂੰ ਇਤਫਾਕ ਨਾਲ, ਕਿਉਂਕਿ ਜਿਹੜੇ ਇਹ ਸਾਡੇ ਜਿਹੜੇ ਇਦਾਰੇ ਮੁਖਤਲਿਫ, ਖਾਸ ਕਰ ਜਿਹੜਾ ਹੈ ਇੰਡੀਆ ਜੈਪੁਰ ਦੇ ਘਰ, ਹਾਲਾਂਕਿ ਜੈਪੁਰ ਦੇ ਇੰਡੀਆ ਦੇ ਘਰ ਉਹਨਾਂ ਕੋਲ ਆਪਣਾ ਜੈਮਸ ਨਹੀਂ ਗਾ, ਇਹ ਸਾਡੀ ਜੈਮਸ ਜਾਂਦੇ ਨੇ, ਲੇਕਿਨ ਕਿਉਂਕਿ ਸਾਡੇ ਕੋਲ ਇੱਥੇ ਬੰਦੋਬਸਤ ਨਹੀਂ ਆ, ਅਸੀਂ ਜਿਹੜਾ ਭੇਜਦੇ ਹਾਂ ਉਹ ਰਫ ਮਟੀਰੀਅਲ ਦੇ ਘਰ ਭੇਜਦੇ ਪਏ ਹਾਂ। ਉੱਥੇ ਜਾ ਕੇ ਵਧੀ ਇਹਨਾਂ ਦੀ ਬਾਕਾਇਦਾ ਪਾਲਿਸ਼ਿੰਗ ਵਗੈਰਾ ਇਹਦਾ ਇਹਨਾਂ ਦੀ ਕਟਿੰਗ ਹੁੰਦੀ ਹੈ, ਅਤੇ ਉਹ ਵੀ ਮੈਂ ਛੋਟੀ ਮਿਸਾਲ ਦੱਸਾਂ, ਲੈਪਿਸ ਲਜ਼ੂਲੀ ਜਿਹੜੇ ਕਿ ਲਾਜਵਾਬ ਪੱਥਰ ਹੈ, ਇਹ ਟਨਾਂ ਦੇ ਹਿਸਾਬ ਨਾਲ ਇੱਧਰੋਂ ਜਾਂਦਾ, ਅਤੇ ਉੱਥੇ ਜਾ ਕੇ ਵਧੀ ਨੂੰ ਬਾਕਾਇਦਾ ਇਹਦੀ ਪਾਲਿਸ਼ਿੰਗ ਕਟਿੰਗ ਇਹ ਜ਼ਿਆਦਾ ਤੋਂ ਜ਼ਿਆਦਾ ਇੱਕ ਸੀ ਲੈ ਕੇ $10 ਪਰ KG ਦੇ ਹਿਸਾਬ ਨਾਲ ਅਸੀਂ ਭੇਜਦੇ ਹਾਂ, ਲੇਕਿਨ ਉੱਥੇ ਜਾ ਕੇ ਵਧੀ ਇਹਦੀ ਜਿਹੜੀ ਵੈਲਿਊ ਹੋ ਜਾਂਦੀ ਹੈ, ਵੈਲਿਊਏਟ ਕਰਕੇ ਕਾਫੀ ਜ਼ਰੇ ਮੁਵਾਦਾ ਵੀ ਇੰਡੀਆ ਕਮਾਉਂਦਾ ਪਈ ਹੈ। ਸਾਨੂੰ ਸਾਡੇ ਜਿਹੜੇ ਇੱਥੇ ਸੂਬੇ ਦੇ ਕਾਰ ਜਿਹੜੇ ਵਸਾਇਲ ਹਨ ਉਹਨਾਂ ਹੋਣੇ ਦੇ ਬਰਾਬਰ, ਮੈਂ ਬਾਰ ਬਾਰ ਇਸੀ ਪਲੇਟਫਾਰਮ ਤੋਂ ਬਾਕੀ, ਕਿਉਂਕਿ ਮੇਰਾ ਮੈਂ ਕਲਮ ਨਿਗਾਰ ਵੀ ਹਾਂ, ਆਪਣੇ ਕਾਲਮਾਂ ਦੇ ਘਰ ਵੀ ਜ਼ਿਕਰ ਕੀਤਾ ਹੈ ਕਿ ਸਾਡੀ ਹਕੂਮਤ ਨੂੰ, ਸੂਬਾਈ ਹਕੂਮਤ ਨੂੰ, ਖਾਸ ਕਰਕੇ ਵਫਾਕੀ ਨੂੰ ਚਾਹੀਦਾ ਕਿ ਇਸ ਇਦਾਰੇ ਦੀ ਸਰਪ੍ਰਸਤੀ ਕੀਤੀ ਜਾਵੇ। ਲੇਕਿਨ ਬਦਕਿਸਮਤੀ ਨਾਲ, ਕਿਉਂਕਿ ਮੈਂ 80-80 ਸਾਲ ਪਹਿਲੇ ਇਹਦਾ ਚੇਅਰਮੈਨ ਰਿਹਾ, ਮੇਰੇ ਸੀ ਬਾਤ ਯਕੀਨ ਕਰੋ ਕਿ ਇਹ ਜਿਹੜਾ ਇਦਾਰਾ, ਕਿਉਂਕਿ ਇਹਦੀ ਜਿਹੜੀ ਨਿਗਰਾਨੀ
ਟੀ ਡੈਬ ਟਰੇਡ ਡਿਵੈਲਪਮੈਂਟ ਅਥਾਰਟੀ ਆਫ ਪਾਕਿਸਤਾਨ ਕਰਦੀ ਪਈ, ਤਾਂ ਇਸ ਵਕਤ ਉਹਨਾਂ ਨੇ ਟਰੇਡ ਡਿਵੈਲਪਮੈਂਟ ਅਥਾਰਟੀ ਆਫ ਪਾਕਿਸਤਾਨ ਦਾ ਜਿਹੜਾ ਡਾਇਰੈਕਟਰ ਹੈ ਉਹ ਇੱਥੇ ਬਿਠਾਏ ਹੋਏ ਨੇ ਅਤੇ ਉਹ ਹੀ ਇਹਦੀ ਲੁੱਕ ਆਫਟਰ ਕਰਦੇ। ਦੇਖੋ ਜਦ ਤੱਕ ਇਹ ਇਦਾਰੇ ਪ੍ਰਾਈਵੇਟ ਸੈਕਟਰ 'ਤੇ, ਤੁਸੀਂ ਕਿਸੇ ਪ੍ਰਾਈਵੇਟ ਸੈਕਟਰ 'ਤੇ ਨਾ ਚਲਾ ਸੋ, ਅਤੇ ਸਰਕਾਰੀ ਲੋਕਾਂ ਦੇਖੋ ਉਹਨਾਂ ਦੀ ਤਨਖਾਹ ਬਣੀ ਹਨ, ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੋ ਸਕਦੀ। ਬਹਰਹਾਲ ਮੇਰਾ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਇਹ ਪੈਗਾਮ ਹੈ ਕਿ ਸਾਡੀ ਹਕੂਮਤ ਨੂੰ, ਕਿਉਂਕਿ ਅੱਲਾ ਦੀ ਮਿਹਰਬਾਨੀ ਨਾਲ ਸਾਡੇ ਸੂਬੇ ਦੇ ਘਰ ਅੱਲਾ ਤਾਲਾ ਨੇ ਹਰ ਕਿਸਮ ਦੀ ਮਾਦ ਨਿਆਜ਼ ਸੀ ਸਾਨੂੰ ਵਾਲ ਵਾਲ ਕੀਤਾ ਹੈ, ਅਗਰ ਇਹ ਸਹੀ ਤਰੀਕੇ ਦੀ ਅਗਰ ਇਹਦੀ ਦੇਖਭਾਲ ਕੀਤੀ ਜਾਵੇ, ਅਤੇ ਜਿਹੜੀ ਕਾਨਾਂ ਦਾ ਮੈਨੇ ਜ਼ਿਕਰ ਕੀਤਾ ਹੈ, ਜਿਹੜੀ ਜੈਮ ਦਾ ਮੈਨੇ ਜ਼ਿਕਰ ਕੀਤਾ ਹੈ, ਉਹਦੀ ਸਹੀ ਤਰੀਕੇ ਦੀ ਕਟਿੰਗ ਅਤੇ ਪਾਲਿਸ਼ਿੰਗ ਅਤੇ ਐਕਸਪੋਰਟ ਜਿਹੜੀ ਹੋਵੇ ਬਿਹਤਰ ਤਰੀਕੇ ਦੀ, ਇਹਦੇ ਇਲਾਵਾ ਸਾਡੀ ਕਿਉਂਕਿ ਐਕਸਪੋਰਟ ਦੇ ਕੰਮ ਵੀ ਬੜੇ ਪ੍ਰੋਬਲਮ। ਇਸ ਤੋਂ ਪਹਿਲੇ ਜਿਹੜਾ ਪ੍ਰੋਗਰਾਮ ਆਇਆ ਮੈਂ ਉਹ ਡਰਾਈਪੋਰਟ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਵੀ ਕੀਤੀ, ਲੇਕਿਨ ਉਹ ਮਸਲਾ ਸਾਡਾ ਹੁਣ ਤੱਕ ਜੂੰਗਾ ਤੂੰ ਹੈ। ਬਹਰਹਾਲ ਅੱਲਾ ਕਰੇ ਕਿ ਸਾਡਾ ਜਿਹੜਾ ਸੈਕਟਰ ਹੈ ਖਾਸ ਕਰ ਜੈਮਜ਼ ਦਾ, ਇਹਦੇ 'ਤੇ ਹਕੂਮਤ ਤਵੱਜੋ ਦੇਵੇ, ਅਤੇ ਇਨਸ਼ਾਅੱਲਾ ਮੈਨੂੰ ਯਕੀਨ ਹੈ ਕਿ ਇਸ ਇਕਦਾਮ ਦੇ ਨਾਲ ਸਾਡੀ ਜੀ ਸਾਡੀ ਹਕੂਮਤ ਦਾ ਵੀ ਏਜੰਡਾ ਇਹ ਹੈ ਕਿ ਐਕਸਪੋਰਟ ਨੂੰ ਜ਼ਿਆਦਾ ਸੇ ਜ਼ਿਆਦਾ ਤੁਸੀਂ ਬੜਾਓ, ਤਾਂ ਕਿ ਜ਼ਰੇ ਮੁਬਾਦਲਾ ਇਸ ਵਕਤ ਸਾਨੂੰ ਜ਼ਰੇ ਮੁਬਾਦਲਾ ਦੀ ਅਸ਼ਾ ਜ਼ਰੂਰਤ ਹੈ, ਤਾਂ ਕਿ ਫੋਰਨ ਐਕਸਚੇਂਜ ਸਾਨੂੰ ਮਿਲੇ, ਅਤੇ ਹਰ ਉਹ ਮੁਲਕ ਦੇ ਜਿਹਦੀ ਐਕਸਪੋਰਟ ਬਿਹਤਰ ਹੁੰਦੀ ਹੈ ਉਹ ਮੁਲਕ ਜਿਹੜਾ ਹੈ ਉਹ ਬੜੀ ਤਰੱਕੀ ਕਰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ।